ਸੰਗਰੂਰ ਦੇ ਅਕਾਲ ਡਿਗਰੀ ਕਾਲਜ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸੰਗਰੂਰ ਦੇ ਸਾਂਸਦ ਭਗਵੰਤ ਮਾਨ ਪਹੁੰਚੇ ਹੋਏ ਸਨ। ਇਸ ਮੌਕੇ ਤੇ ਕਾਲਜ ਮੈਨੇਜਮੈਂਟ ਦੇ ਵੱਲੋਂ ਐਮਪੀ ਭਗਵੰਤ ਮਾਨ ਤੇ ਵਿਧਾਇਕ ਅਮ੍ਰਿਤਾ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਤੇ ਕਾਲਜ ਦੇ ਵੱਲੋਂ ਓਪਨ 에ਅਰ ਆਡੀਟੋਰੀਅਮ ਦੀ ਮੰਗ ਨੂੰ ਮੰਨਦੇ ਹੋਏ ਭਗਵੰਤ ਮਾਨ ਨੇ ਉਹਨਾਂ ਨੂੰ ਇਸ ਦਾ ਨਿਰਮਾਣ ਦੇ ਲਈ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਦੇਖੋ ਅਕਾਲ ਡਿਗਰੀ ਕਾਲਜ ਜਿਹੜਾ ਸੰਗਰੂਰ ਦਾ ਉਹ ਲੜਕੀਆਂ ਦੀ ਐਜੂਕੇਸ਼ਨ ਦੇ ਵਿੱਚ ਮੋਹਰੀ ਕਾਲਜਾਂ ਦੇ ਵਿੱਚੋਂ ਮੇਰੀ ਆਪਣੀ ਭੈਣ ਇੱਥੇ ਪੜ੍ਹਦੀ ਰਹੀ ਹੈ ਅਤੇ ਅੱਜ ਮੈਂ ਆ ਕੇ ਦੇਖਿਆ ਇਹਨਾਂ ਦਾ ਇਨਫਰਾਸਟਰਕਚਰ ਵੀ ਬੜਾ ਅੱਛਾ ਹੈ। ਇੱਕ ਦੋ ਚੀਜ਼ਾਂ ਦੀ ਘਾਟ ਹੈ ਜੋ ਇਹਨਾਂ ਨੇ ਮੰਗੀਆਂ ਨੇ, ਜਿਵੇਂ ਓਪਨ 에ਅਰ ਥੀਏਟਰ ਬਣਾਉਣਾ ਚਾਹੁੰਦੇ ਨੇ ਤਾਂ ਕਿ ਕੋਈ ਆਪਣੇ ਫੰਕਸ਼ਨ ਕਰ ਸਕਣ ਜਾਂ ਕੋਈ ਆਰਟਿਸਟ, ਜੇ ਕੋਈ ਇਸ ਕਾਲਜ ਦਾ ਜਿਹੜਾ ਹਿਸਟਰੀ ਹੈ ਯੂਥ ਫੈਸਟੀਵਲ, ਯੂਥ ਫੈਸਟੀਵਲਾਂ ਦੇ ਵਿੱਚ ਬਹੁਤ ਸਾਰੇ ਮੈਡਲ ਜਿੱਤਦੀ ਇਹਨਾਂ ਦੀਆਂ ਟੀਮਾਂ। ਸੋ ਮੈਂ ਇਹਨਾਂ ਨੇ ਜਿਹੜਾ ਓਪਨ 에ਅਰ ਥੀਏਟਰ ਬਣਾਉਣਾ ਉਹਦੇ ਲਈ ਅਤੇ ਕੁਛ ਲਾਇਬ੍ਰੇਰੀ ਵਾਸਤੇ ਕੰਪਿਊਟਰਸ ਮੰਗੇ ਨੇ, ਮੈਂ ਜ਼ਰੂਰ, ਕਿਉਂਕਿ ਮੇਰੀ ਪ੍ਰਾਇਓਰਟੀ ਐਜੂਕੇਸ਼ਨ, ਹੈਲਥ ਐਂਡ ਸਪੋਰਟਸ ਹੈ। ਸੋ ਜੇ ਇਹਨਾਂ ਨੂੰ ਚਾਹੀਦੇ ਕੁਛ, ਕਿਉਂਕਿ ਮੋਸਟਲੀ ਪਿੰਡਾਂ ਦੀਆਂ ਕੁੜੀਆਂ ਨੇ, ਸਾਡੀਆਂ ਧੀਆਂ ਸਾਡੀਆਂ ਭੈਣਾਂ ਪੜ੍ਹਨਗੀਆਂ ਤਾਂ ਉਹ ਆਪਣੇ ਪੈਰਾਂ 'ਤੇ ਖੜ੍ਹੀਆਂ ਹੋਣਗੀਆਂ ਤਾਂ ਸਮਾਜ ਦੇ ਵਿੱਚ ਆਪਣੇ ਜਿਹੜੇ ਇੱਜ਼ਤ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਉਹਨੂੰ ਬਤਾਉਣ ਦਾ ਬਲ ਮਿਲ ਸਕਦਾ। ਮਾਨ ਸਾਹਿਬ ਤਾਂ ਇੱਕ ਵੈਸੇ ਵੀ ਮੋਟੀਵੇਸ਼ਨ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਜਿਹੜੀ ਤਰੀਕੇ ਦਾ ਉਹ ਜੀਵਨ ਜੀਂਦੇ ਨੇ ਅਤੇ ਪਲੱਸ ਉਹਨਾਂ ਦਾ ਬੱਚਿਆਂ ਦੇ ਨਾਲ ਰੂਬਰੂ, ਉਹ ਆਪ ਹੀ ਇੱਕ ਇੰਸਪੀਰੇਸ਼ਨ ਹੈਗੀ ਹੈ। ਅਤੇ ਸਾਡੀ ਅਕਾਲ ਡਿਗਰੀ ਕਾਲਜ ਦੀਆਂ ਕਈ ਸਾਡੀਆਂ ਜ਼ਰੂਰਤਾਂ ਸੀਗੀਆਂ, ਉਹ ਅਸੀਂ ਉਹਨਾਂ ਨਾਲ ਸ਼ੇਅਰ ਕੀਤੀਆਂ ਨੇ। ਅੱਜ ਅਸੀਂ ਇੱਕ ਐਮਪੀ ਥੀਏਟਰ ਜਿਹੜਾ ਹੈਗਾ ਉਹਦੀ ਅਸੀਂ ਇੱਕ ਉਹਨਾਂ ਕੋਲ ਇੱਕ ਡਿਮਾਂਡ ਰੱਖੀ ਸੀਗੀ ਜੋ ਉਹਨਾਂ ਨੇ ਮਨਜ਼ੂਰ ਕੀਤੀ ਅੱਜ, ਅਤੇ ਉਹਦੇ ਉੱਤੇ ਤਕਰੀਬਨ 9 ਅਤੇ 11 ਲੱਖ ਦੇ ਕਰੀਬ ਦਾ ਖਰਚਾ ਆਏਗਾ। 400 ਬੱਚੇ ਵਾਸਤੇ ਅਸੀਂ ਉਹ ਤਿਆਰ ਕਰਵਾ ਰਹੇ ਹੈਗੇ ਹਾਂ। ਉਸ ਤੋਂ ਇਲਾਵਾ ਸਾਡੀਆਂ ਕੁਛ ਜ਼ਰੂਰਤਾਂ ਸੀਗੀਆਂ, ਲਾਇਬ੍ਰੇਰੀ 'ਚ ਸਾਨੂੰ ਕੰਪਿਊਟਰਸ ਦੀ ਜ਼ਰੂਰਤ ਸੀਗੀ, ਉਹ ਮਨਜ਼ੂਰ ਕਰਕੇ ਗਏ ਨੇ। ਕੁਛ ਸਾਡਾ ਜਿਹੜਾ ਅਕਾਲ ਕੋਲੇਜੀਏਟ ਹਾਈ ਸੈਕੰਡਰੀ ਸਕੂਲ ਦਾ ਪ੍ਰੋਗਰਾਮ ਹੈਗਾ ਉਹਦੇ ਵਾਸਤੇ ਜਿਮ ਅਤੇ ਹੋਰ ਕੁਛ ਸਾਨੂੰ ਜ਼ਰੂਰਤਾਂ ਸੀਗੀਆਂ ਉਹ ਪੂਰੀ ਕਰਕੇ ਗਏ ਨੇ ਅੱਜ ਸਾਰੀਆਂ। ਅਤੇ ਬਹੁਤ ਹੌਸਲਾ ਹੋਇਆ ਸਾਨੂੰ ਕਿ ਸੰਗਰੂਰ ਇਹ ਜਿਹੜੀ ਸਾਡੀ ਸੰਸਥਾ ਹੈ ਪਿਛਲੇ 50 ਸਾਲ ਤੋਂ ਅਸੀਂ ਕੰਮ ਕਰ ਰਹੇ ਹੈਗੇ ਹਾਂ ਅਤੇ ਅੱਜ ਬਹੁਤ ਸਾਨੂੰ ਹੌਸਲਾ ਦਿੱਤਾ ਉਹਨਾਂ ਨੇ ਔਰ ਬਹੁਤ ਅੱਛਾ ਲੱਗਿਆ ਸਾਨੂੰ। ਸੰਗਰੂਰ ਤੋਂ ਟੋਨੀ ਸ਼ਰਮਾ ਦੀ ਰਿਪੋਰਟ, ਚੈਨਲ 2।